की प्रोग्राम रखा ਤੁਸੀਂ ਇੱਥੇ ਇਹਦੇ ਬਾਰੇ ਦੱਸੋ ਥੋੜਾ ਜਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਸਾਡੇ ਇੱਥੇ ਬੀਨਾ ਹੀੜੀ ਗੁਰਦੁਆਰਾ ਸਾਹਿਬ ਇੰਟਰਨੈਸ਼ਨਲ ਮੰਚ ਢਾਡੀ ਸੰਗੀਤਕਾਰ ਮੰਚ ਰਜਿਸਟਰਡ ਪੰਜਾਬ ਵੱਲੋਂ ਸੋ ਦਾਸ ਦੀ ਸੇਵਾ ਲਾਈ ਗਈ ਆ। ਜੋ ਸਾਡੇ ਮੁੱਖ ਮਹਿਮਾਨ ਆਪ ਜੀ ਸਾਰਿਆਂ ਦੇ ਦਰਸ਼ਨ ਕਰਨੇ ਹੋ ਗੁਰਚਰਨ ਸਿੰਘ ਜੀ ਸਾਹਿਬ ਕੋਟੀ ਕੌਮੀ ਪ੍ਰਧਾਨ ਪੰਜਾਬ ਸਰਦਾਰ ਸਾਡੇ ਸਰਦਾਰ ਰੋਸ਼ਨ ਸਿੰਘ ਜੀ ਸਾਗਰ ਕੌਮੀ ਚੇਅਰਮੈਨ ਪੰਜਾਬ ਹੋਰ ਸਾਰੇ ਅਹੁਦੇਦਾਰ ਪਹੁੰਚੇ ਹੋਏ ਨੇ ਸਰਦਾਰ ਸਤਪਾਲ ਸਿੰਘ ਜੀ ਬੈਰਾਗੀ ਸੋ ਇਹ ਵੀ ਸਾਡੇ ਪਹੁੰਚੇ ਹੋਏ ਨੇ ਜੋ ਇਹਨਾਂ ਨੇ ਦਾਸ ਦੀ ਨਾਭੇ ਇਕਾਈ ਤੋਂ ਸਰਪ੍ਰਸਤ ਪ੍ਰਧਾਨ ਦੀ ਡਿਊਟੀ ਲਾਈ ਹੈ। ਸੋ ਉਹ ਡਿਊਟੀ ਦੇ ਖੁਸ਼ੀ ਦੇ ਵਿੱਚ ਅਸੀਂ ਨੇ ਇਹ ਸਮਾਗਮ ਕੀਤਾ। ਸੋ ਸਾਡੇ ਨਗਰ ਦੀ ਜੋ ਕਮੇਟੀ ਆ ਸਰਦਾਰ ਸੁਰਿੰਦਰ ਸਿੰਘ ਜੀ ਪ੍ਰਧਾਨ ਨੇ ਸਰਦਾਰ ਮਨਜੀਤ ਸਿੰਘ ਜੀ ਸਾਡੇ ਪ੍ਰਧਾਨ ਨੇ ਸੋ ਉਹਨਾਂ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਪਿੰਡ ਬੀਨਾ ਹੀੜੀ ਗੁਰਦੁਆਰਾ ਸਾਹਿਬ ਸਮਾਗਮ ਕੀਤਾ ਗਿਆ। ਸੋ ਸਾਡੇ ਇੰਟਰਨੈਸ਼ਨਲ ਢਾਡੀ ਸੰਗੀਤ ਮੰਚ ਦੇ ਅਹੁਦੇਦਾਰ ਸਾਰੇ ਹੀ ਪਹੁੰਚੇ ਹੋਏ ਤੁਸੀਂ ਦਰਸ਼ਨ ਕਰ ਰਹੇ ਹੋ। ਸੋ ਅੱਜ ਪ੍ਰਧਾਨ ਦੀ ਇਹਨਾਂ ਨੇ ਜ਼ਿੰਮੇਵਾਰੀ ਦਾਸ ਨੂੰ ਸੰਭਾਲਣੀ ਆ ਇਸ ਕਰਕੇ ਇਹ ਸਮਾਗਮ ਕੀਤਾ ਗਿਆ। ਸੰਗਤਾਂ ਦੀਵਾਨ ਲੱਗ ਰਹੇ ਨੇ ਵੱਖ ਵੱਖ ਸਾਧੂ ਸੰਤ ਮਹਾਂਪੁਰਖ ਸਾਰੇ ਨੇ ਹੋਰ ਸੰਪਰਦਾਂ ਦੇ ਮਹਾਂਪੁਰਖ ਸਾਰੇ ਪਹੁੰਚ ਰਹੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।